ਅਸਸਲਾਮੁਅਲਿਕਾ ਅੱਜ ਅਪਾ CSS ਪੀਐਮਐਸ ਦਾ ਇੰਤਹਾਹੀ ਇੰਪੋਰਟੈਂਟ ਟਾਪਿਕ ਡਿਸਕਸ ਕਰਾਂਗੇ ਉਹਦਾ ਨਾਮ ਹੈ 도ੜਾ 도ੜਾ ਯਾ ਸ਼ਲੋਕ ਇਹ ਇੱਕ ਇੰਤਹਾਹੀ ਕਦੀਮ ਸਨਫੇ ਇਹ ਇੱਕ ਇੰਤਹਾਹੀ ਕਦੀਮ ਸਨਫੇ ਹਿੰਦੀ ਵਿੱਚ ਇਹਨੂੰ 도ੜਾ ਆਖਿਆ ਜਾਂਦਾ ਹੈ ਹਿੰਦੀ ਵਿੱਚ ਇਹਨੂੰ 도ੜਾ ਆਖਿਆ ਜਾਂਦਾ ਹੈ ਯਾਨੀ ਇਹ ਦੋ ਜਿਹੜੇ ਮਿਸਰੇ ਹੈਗੇ ਉਹਨਾਂ ਤੋਂ ਮੁਸਤਵਲ ਇੱਕ ਨਗਮ ਹੁੰਦੀ ਏ ਇਹਦੇ ਦੋ ਮਿਸਰੇ ਹੁੰਦੇ ਨੇ ਇਹਦੇ ਕਿੰਨੇ ਮਿਸਰੇ ਹੁੰਦੇ ਹੈ ਜੀ ਦੋ ਮਿਸਰੀ ਇਹਦੀ ਇੱਕ ਖਾਸ ਬਨਾਵਟ ਹੁੰਦੀ ਹੈ ਖਾਸ ਬਨਾਵਟ ਹੁੰਦੀ ਹੈ ਤੇ ਉਹਦੀ ਪਾਬੰਦੀ ਵੀ ਲਾਜ਼ਮੀ ਆ ਯਾਨੀ ਬਨਾਵਟ ਦੀ ਪਾਬੰਦੀ ਲਾਜ਼ਮੀ ਆ ਹਾਲਕੇ ਬਾਕੀ ਜਿਹੜੇ ਲੋਕ ਗੀਤ ਆ ਉਹਨਾਂ ਨੂੰ ਆਮ ਲੋਕ ਬਣਾਉਂਦੇ ਆ ਗਾਉਂਦੇ ਆ ਉਸ ਤੇ ਕੋਈ ਕਿਸੇ ਕਿਸਮ ਦੀ ਸ਼ੇਰੀ ਫਨੀ ਖੂਬੀਆਂ ਨਹੀਂ ਹੁੰਦੀ ਲੇਕਿਨ ਇਹਦੇ 'ਚ ਇੱਕ ਖਾਸ ਬਨਾਵਟ ਦੇ ਨਾਲ ਹੀ ਲਿਖਿਆ ਜਾਂਦਾ ਵਾ ਇਹਦੇ ਅੰਦਰ ਮੁxtਲਫ ਕਿਸਮ ਦੇ ਮوضوعات ਡਿਸਕਸ ਕੀਤੇ ਹੁੰਦੇ ਨੇ ਇਹਦੇ ਅੰਦਰ ਪੰਜਾਬ ਦੀ ਸਕਾਫਟ ਵੀ ਬਿਆਨ ਕੀਤੀ ਜਾਂਦੀ ਏ ਉਤਵਾਦ ਮذਬੀ ਰੰਗ ਵੀ ਹੋ ਸਕਦਾ ਹੈ ਤੇ ਇਹਦੇ ਨਾਲ ਸਾਕਾਸ਼ਤੀ ਰੰਗ ਵੀ ਦੋਹਰੇ ਦੇ ਅੰਦਰ ਸ਼ਾਮਲ ਹੋ ਸਕਦਾ ਹੈ ਰੂਮਾਨਵੀ ਰੰਗ ਵੀ ਸ਼ਾਮਲ ਹੋ ਸਕਦਾ ਹੈ ਤੇ ਸਮਾਜੀ ਰੰਗ ਵੀ ਸ਼ਾਮਲ ਹੋ ਸਕਦਾ ਹੈ ਲੇਕਿਨ ਤੁਸੀਂ ਕਿਉਂਕਿ ਬਾਬਾ ਫਰੀਦ ਵਾਲਾ ਟੋਪਿਕ ਕਰ ਚੁੱਕੇ ਹੋਏ ਆ ਯਾਨੀ ਤੁਸੀਂ ਇੱਥੇ ਮذਬੀ ਜਿਹੜੇ ਹੈਗੇ ਆ ਦੋਲੇ ਉਹ ਸ਼ਾਮਲ ਕਰਕੇ ਵੀ ਇਹ ਟੋਪਿਕ ਨੂੰ ਮੁਕੰਮਲ ਕਰ ਸਕਦੇ ਹੋ ਕਿਉਂਕਿ ਇੰਟਰੋਡਕਸ਼ਨ ਲਿਖਣਾ ਹੁੰਦਾ ਹੈ ਇੰਟਰੋਡਕਸ਼ਨ ਦੇ ਨਾਲ ਦੋ ਤਿੰਨ ਜਿਹੜੇ ਤੁਸੀਂ ਉਹਦੇ ਸ਼ੇਅਰ ਲਿਖ ਕੇ ਉਹਦੀ ਤਸ਼ਰੀਹ ਨੂੰ ਡਿਸਕਸ ਕਰ ਲੈਣਾ ਹੁੰਦਾ ਹੈ ਇਸ ਤਰ੍ਹਾਂ ਤੁਹਾਡਾ ਮੁਕੰਮਲ ਹੋ ਜਾਂਦਾ ਆ ਅਪਾ ਇੱਥੇ ਬਾਬਾ ਫਰੀਦ ਵਾਲਾ ਡਿਸਕਸ ਕਰਾਂਗੇ ਬਾਬਾ ਫਰੀਦ ਜਿਹੜੇ ਕਹਿੰਦੇ ਆ ਰੁਕੀ ਸੋਕੀ ਖਾ ਕੇ ਬਾਬਾ ਫਰੀਦ ਦੇ ਦੋ ਤਿੰਨ ਜਿਹੜੇ ਆਪਾਂ ਪਹਿਲੇ ਡਿਸਕਸ ਕਰ ਚੁੱਕੇ ਹਾਂ ਉਹਨੂੰ ਡਿਸਕਸ ਕਰ ਲਾਂਗੇ ਤੁਸੀਂ ਇਹਦੀ ਤਸ਼ਰੀਹ ਕਰਕੇ ਮੁਕੰਮਲ ਕਰ ਦੇਣਾ ਬਾਬਾ ਫਰੀਦ ਲਿਖਦੇ ਨੇ ਰੁਖੀ ਸੁੱਕੀ ਖਾ ਕੇ ਯਾਨੀ ਰੁਖੀ ਸੁੱਕੀ ਖਾ ਤੇ ਉਸ ਤੋਂ ਬਾਅਦ ਕੀ ਕਰ ਠੰਡਾ ਪਾਣੀ ਪੀ ਰੁਖੀ ਸੁੱਕੀ ਖਾ ਤੇ ਠੰਡਾ ਪਾਣੀ ਪੀ ਇਹ ਵੀ ਇੱਕ ਦੋੜਾ ਹੈਗਾ ਵਾ ਫਰੀਦਾ ਵੇਖ ਪੜਾਈ ਚੋਪੜੀ ਫਰੀਦਾ ਵੇਖ ਪੜਾਈ ਚੋਪੜੀਆਂ ਨਾ ਪ੍ਰਾਨ ਨਾ ਕਿਸੇ ਹੋਰ ਦੀ ਦੇਖ ਨਾ ਚੋਪੜੀ ਹੋਈ ਦੇਖ ਨਾ ਤਰਸਾਈ ਜੀ ਬਲਕਿ ਜੋ ਤੈਨੂੰ ਲੱਭਦਾ ਪਿਆ ਵਾ ਉਹਦੇ ਅੰਦਰ ਹੀ ਤੂੰ ਸਰਵਾਈਵ ਕਰ ਉਹਦੇ ਅੰਦਰ ਹੀ ਤੂੰ ਰਹਿ ਕੇ ਜ਼ਿੰਦਗੀ ਗੁਜ਼ਾਰ ਯਾਨੀ ਕਨਾਨਤ ਦਾ ਬਾਬਾ ਫਰੀਦ ਦਰਸ ਦੇ ਰਿਹਾ ਕਿ ਜੋ ਤੈਨੂੰ ਲੱਭ ਰਿਹਾ ਉਹਦੇ 'ਚ ਹੀ ਜ਼ਿੰਦਗੀ ਗੁਜ਼ਾਰ ਜੋ ਰੁਕੀ ਸੁਕੀ ਖਾ ਕੇ ਠੰਡਾ ਪਾਣੀ ਪੀ ਜੋ ਤੈਨੂੰ ਲੱਭ ਰਿਹਾ ਨਾਲ ਉਹਦੇ ਠੰਡਾ ਪਾਣੀ ਪੀ ਨਾ ਵੇਖ ਪਰਾਈ ਚੋਪਰੀ ਨਾ ਤਰਸਾਈ ਜੀ ਇੱਥੇ ਬਾਬਾ ਫਰੀਦ ਲਿਖਦੇ ਆ ਕਿ ਉਠ ਫਰੀਦਾ ਸੁੱਤਿਆ ਉਠ ਫਰੀਦਾ ਸੁੱਤਿਆ ਆਪਾਂ ਇਹ ਮਜ਼ਬੀ ਡੋੜੇ 'ਚ ਡਿਸਕਸ ਕਰ ਰਹੇ ਆ ਝਾੜੂ ਦੇ ਮਸੀਤ ਝਾੜੂ ਦੇ ਮਸੀਤ ਫਰੀਦਾ ਉਠ ਫੈ ਤੇ ਨਾਲੇ ਮੁਸੀਰ ਰੰਦਰ ਛਾੜੂ ਦੇ ਤੂੰ ਸੁੱਤਾ ਰੱਬ ਜਾਗਦਾ ਯਾਨੀ ਜਿਹਦੇ ਨਾਲ ਤੇਰੀ ਪ੍ਰੀਤ ਲਗੀ ਆ ਉਹ ਕੀ ਆ ਉਹ ਜਾਗਦਾ ਰਹਿਦਾ ਵਾ ਲੇਕਿਨ ਤੂੰ ਕੀ ਆ ਤੂੰ ਸੁੱਤਾ ਆ ਤੇਰਾ ਰੱਬ ਤੇ ਜਾਗਦਾ ਵਾ ਤੇਰੀ ਡਾਡੇ ਨਾਲ ਫਰੀਦ ਤੇਰੀ ਡਾਡੇ ਨਾਲ ਪ੍ਰੀਤ ਯਾਨੀ ਜਿਹਨੂੰ ਤੂੰ ਹਸਾਬ ਕਿਤਾਬ ਕਲ ਦੇਣਾ ਵਾ ਕਲ ਜਿਹਦੇ ਸਾਹਮਣੇ ਖੜਾ ਹੋਣਾ ਉਹ ਇੰਤਹਾਹੀ ਡਾਡਾ ਹੈਗਾ ਲਿਆਦਾ ਤੂੰ ਓਠ ਤੇ ਆਪਣੇ ਰੱਬ ਦੀ ਜਿਹੜੀ ਖਿਦਮਤ guzari ਕਰਤ ਉਹਦੀ ਬੰਦਗੀ ਕਰ ਇਹਦੇ ਅੰਦਰ ਜਿਹੜਾ ਆਪਾਂ ਹੋਰ ਡਿਸਕਸ ਕਰਾਂਗੇ ਇੱਕ ਹੋਰ ਕਿਉਂਕਿ ਤਿੰਨ ਤੁਸੀਂ ਡਿਸਕਸ ਕਰਨੇ ਆ ਇਹ ਕਹਿੰਦੇ ਜੀ ਫਰੀਦਾ ਕਾਲੇ ਮੇਡੇ ਕੱਪੜੇ ਫਰੀਦਾ ਕਾਲੇ ਮੇਰੇ ਕੱਪੜੇ ਯਾਨੀ ਮੇਰੇ ਕੱਪੜੇ ਵੀ ਕੀਆ ਕਾਲੇ ਮੇਡੇ ਕੱਪੜੇ ਕਾਲਾ ਮੇੜਾ ਵੇਸ ਕਾਲਾ ਮੀਰਾ ਵੇਸ ਯਾਨੀ ਮੇਰਾ ਅੰਦਰੋ ਵੀ ਕਾਲਾਵਾ ਮੇਰੇ ਕੱਪੜੇ ਵੀ ਕਾਲੇ ਆ ਮੇਰਾ ਬਾਹਰੋ ਵੀ ਕਾਲਾਵਾ ਗੁਨਾਹੀ ਭੜਾ ਮੈਂ ਫਿਰਾਂ ਗੁਨਾਹੀ ਭਰਿਆ ਮੈਂ ਫਿਰਾਂ ਮੈਂ ਹਰ ਪਾਸੇ ਕੀਤਾ ਅੰਦਰੋਂ ਵੀ ਗੁਨਾਗਾਰਾਂ 12ਵੀਂ ਗੁਨਾਗਾਰਾਂ ਲੇਕਿਨ ਲੋਕ ਕਹੀਂ ਦਰਵੇਸ਼ ਲੇਕਿਨ ਲੋਕ ਮੈਨੂੰ ਕੀ ਕਹਿੰਦੇ ਆ ਦਰਵੇਸ਼ ਕਹਿੰਦੇ ਆ ਕਿਤੇ ਕਿਤੇ ਕੋਈ ਚਾਰ ਮਿਸਰੇ ala vi ਦੋ ਦੋੜਾ ਇਹ ਸਵਾਲ ਹੋ ਜਾਂਦਾ ਜਨ ਹਾਸ਼ਮ ਨੇ ਜਿਹੜੇ ਸਵਾਲ ਕੀਤੇ ਲੇਕਿਨ ਤੁਸੀਂ ਆ ਹੀ ਤੇਨ ਡਿਸਕਸ ਕਰਕੇ ਤੇ ਇਹਨੂੰ ਕੰਮ ਇਹਦਾ ਕਲੋਜ਼ ਕਰ ਦੇਣਾ ਇਨਸ਼ਾਅੱਲਾ ਤੁਸੀਂ 8 ਨੰਬਰ ਦਾ ਇਹ ਸਵਾਲ achhi tarah attempt ਕਰ ਲੋਗੇ ਤੁਸੀਂ ਨਾਲ ਇਹਨਾਂ ਹੀ ਸ਼ਿਸ਼ਟ ਤਰੀਕੇ ਨਾਲ ਡਿਸਕਸ ਕਰਨੀ ਆ ਉਸ ਤੋਂ ਬਾਅਦ ਤੁਸੀਂ ਇਹ ਸ਼ੇਅਰ ਡਿਸਕਸ ਕਰ ਦੇਣਾ ਫਰੀਦਾ ਕਾਲੇ ਮੇੜੇ ਕੱਪੜੇ ਤੇ ਕਾਲਾ ਮੇੜਾ ਵੇਸ ਗੁਨਾਹੀ ਵਰਿਆ ਮੈਂ ਫਿਰ ਆ ਲੋਕ ਕਹੇ ਦਰਵੇਸ਼ ਰੁਖੀ ਸੁਖੀ ਖਾ ਕੇ ਠੰਡਾ ਪਾਣੀ ਪੀ ਫਰੀਦਾ ਵੇਖ ਫرائی ਚੋਪੜੀ ਨਾ ਦਰਸਾਈ ਜੀ ਉੱਠ ਫਰੀਦਾ ਸੁੱਤਿਆ ਝਾੜੂ ਦੇ ਮਸੀਤ ਤੂੰ ਸੁੱਤਾ ਰਬ ਜਾਗਦਾ ਤੇਰੇ ਡਾਢੀ ਨਾਲ ਪ੍ਰੀਤ ਇਨਸ਼ਾਅੱਲਾ ਤੁਸੀਂ ਸੀਐਸਐਫ ਦੇ ਅੰਦਰ 100 ਤੋਂ 90 ਨੰਬਰ ਦਾ ਟਾਰਗੇਟ ਲਾਜ਼ਮੀ ਤੇ ਆਸਾਨੀ ਦੇ ਨਾਲ ਅਚੀਵ ਕਰ ਲੋਗੇ ਅਗਰ ਜਿਹੜੇ ਮੈਂ ਟੌਪਿਕ ਕਰਵਾਏ ਆ ਤੁਸੀਂ ਇਹਨਾਂ ਨੂੰ ਅੱਛੀ ਤਰ੍ਹਾਂ ਕਰ ਲੋ ਤੇ ਆ ਇੰਟਰੋਡਕਸ਼ਨ ਲਿਖੋ ਤੇ ਤਬਾਅ ਇਨਾਈ ਤਸ਼ਰੀਹ ਨਾਲ ਡਿਸਕਸ ਕਰ ਦੋ ਤੁਹਾਡਾ ਬੜਾ ਅੱਛੀ ਤਰ੍ਹਾਂ ਸਵਾਲ ਤਿਆਰ ਹੋ ਜਾਏਗਾ ਹੱਲਾਫਜ਼ अगर आप किसी भी मुकाबला जाति इम्तिहान सी एस एस पी एम एस पी पी एस के लिए परेशान हैं तो परेशानी छोड़ गए और स्कॉलर अकेडमी को सब्सक्राइब कीजिए और मुस्तकबिल को बेहतर बनाइए